ਅੱਖਾਂ ਦੇ ਵਿੱਚ ਆ। पंजाबी लोक गायकी दे बेताज बादशाह कुलदीप माणक जी की बरसी 30 नवंबर नू है, जो पंजाबियों के दिलों के वसदा है वसदा रहेगा। तकरीबन हर साल वह सरी के अंतरराष्ट्रीय पद्धर के गदरी बाबियां दे मेले ते आउंदे रहे। म्यूजिक वेव्स की सारी टीम वालों उन्हां दा गोल्ड मैडल नाल 2004 दे विच सन्मान भी किया गया सी, जिथे मनमोहन वारस, हज़ारा सिंह रामता ते जसवंत संदीला वर्गे कलाकार भी हाजिर सन। पेश हन उस दिया कुछ झलकियां, माणक साहब की इंटरव्यू और मेले दिया झलकियां भी बाद दे विच पेश करांगे। कुलदीप माणक पंजाब दे लोकां दे मनां दे विच जिउणा मौड़ है, दुल्ला पट्टी है, पंजाब दे लोकां दे मनां च लिविंग लैजेंड ਉਹ ਸ਼ਖਸੀਅਤ ਹੈ ਜਿਹਦੇ ਵਿੱਚ ਉਹ ਲੋਕ ਆਪਣੇ ਆਪ ਨੂੰ ਮਹਿਸੂਸ ਕਰਦੇ ਨੇ। ਉਹਨਾਂ ਦੀਆਂ ਭਾਵਨਾਵਾਂ ਦਾ ਕਥਾਰਸਿਸ ਹੁੰਦਾ ਹੈ ਜਦੋਂ ਸੂਰਮਿਆਂ ਦੀਆਂ ਵਾਰਦਾਤਾਂ ਕੀਤੀਆਂ ਹੋਈਆਂ ਇਹ ਗਾਉਂਦੇ ਨੇ। ਦਰਅਸਲ ਇਹਨਾਂ ਦੀਆਂ ਆਪਣੀਆਂ ਭਾਵਨਾਵਾਂ ਦਾ ਕਥਾਰਸਿਸ ਹੁੰਦਾ, ਕਿਉਂਕਿ ਕੁਲਦੀਪ ਮਾਣਕ ਦੇ ਵਿੱਚ ਇੱਕ ਛੁਪਿਆ ਹੋਇਆ ਇੱਕ ਬਹਾਦਰ ਦਲੇਰ ਮਰਦ ਬੈਠਾ ਹੈ, ਔਰ ਉਹ ਇਹਨਾਂ ਦੇ ਗਾਣਿਆਂ ਰਾਹੀਂ ਨਿਕਲਦਾ ਉਬਲਦਾ ਹੈ, ਲੋਕ ਉਸ ਨੂੰ ਮੁਹੱਬਤ ਕਰਦੇ ਨੇ। ਕਿਲਾ ਹੰਕਾਰ ਦਾ ਥਾਂ ਰਹਿੰਦੀਆਂ ਹਾਂ ਮਰਦਾਂ ਤੇਰੀਆਂ ਜੱਗ ਵਿੱਚ ਰਹਿੰਦੀਆਂ ਹੋ ਬੰਦਿਆਂ ਤੇਰੀਆਂ ਹਾਂ ਜੀ ਹਾਂ ਵਾਰਾ ਤੁਰੀਆਂ ਜਾ। ਮਾਣਕ ਸਾਹਿਬ ਬਾਰੇ ਜਿੰਨਾ ਵੀ ਕੁਝ ਆਖ ਲਈਏ ਮੇਰਾ ਖਿਆਲ ਹੈ ਘੱਟ ਹੈ, ਆਪਾਂ ਸਾਰੇ ਉਹਨਾਂ ਬਾਰੇ ਬਹੁਤ ਕੁਝ ਜਾਣਦੇ ਵੀ ਹਾਂ। ਮਾਣਕ ਯਾਰਾਂ ਦਾ ਯਾਰ ਹੈ, ਇਸ ਗੱਲ ਦਾ ਮੈਨੂੰ ਨਿੱਜੀ ਤਜਰਬਾ ਵੀ ਹੈ, ਕਿਉਂਕਿ ਮਾਣਕ ਸਾਹਿਬ ਦੇ ਨਾਲ ਮੇਰੇ ਭਰਾਵਾਂ ਵਾਲੇ, ਯਾਰਾਂ ਦੋਸਤਾਂ ਵਾਲੇ, ਸਾਡੇ ਪਰਿਵਾਰਕ ਜੋ ਸੰਬੰਧ ਹਨ ਕੋਈ 30 ਸਾਲ ਤੋਂ ਹਨ। ਮਾਣਕ ਸਾਹਿਬ ਨੂੰ ਇਹੀ ਕਹੂੰਗਾ ਕਿ ਸਾਡੇ ਵੱਲੋਂ ਜਿਹੜਾ ਇਹ ਤੁਸ਼ ਜਿਹਾ ਸਨਮਾਨ ਹੈ ਇਹ ਦਿੱਲੀ ਹੈ, ਔਰ ਸਾਡੇ ਸਾਰੇ ਹੀ ਜਿੰਨੇ ਕੈਨੇਡਾ ਦੇ ਵਿੱਚ ਪੰਜਾਬੀ ਵੱਸਦੇ ਹਨ, ਜਿੰਨੇ ਵੀ ਇਸ ਵੇਲੇ ਪਰਿਵਾਰ ਆਏ ਹਨ, ਇਹ ਸਾਰਿਆਂ ਵੱਲੋਂ ਤੁਹਾਨੂੰ ਦਿਲੋਂ ਸਨਮਾਨ ਕਰ ਰਹੇ ਹਾਂ। ਕਲੀਆਂ ਦਾ ਬਾਦਸ਼ਾਹ ਮੈਨੂੰ ਕਿਸੇ ਲੀਡਰ ਨੇ ਨਹੀਂ ਕਿਹਾ, ना किसी चमचे ने कहा, यह तुसी कहा लोगों ने। मैं लोगों का कलाकार हाँ, ना मैं टीवी का ना रेडियो, लोगों के चरणों में रहना चाहना और लोगों के चरणों में ही जाना चाहना। ਮਾਣਕ ਸਾਹਿਬ ਪੰਜਾਬੀ ਗਾਇਕੀ ਦਾ ਮਾਣ, ਪੰਜਾਬੀ ਲੋਕ ਗਾਇਕੀ ਦਾ ਥੰਮ, ਉਹਨਾਂ ਨੂੰ ਸਨਮਾਨ ਦੇ ਕੇ ਮਿਊਜ਼ਿਕ ਵੇਵਸ ਨੇ ਜਿਹੜੀ ਪੰਜਾਬੀ ਗਾਇਕੀ ਲਈ, ਪੰਜਾਬੀ ਲੋਕ ਗਾਇਕੀ ਲਈ, ਪੰਜਾਬੀ ਬੋਲੀ ਲਈ ਉਹਨਾਂ ਦੇ ਮਨ ਵਿੱਚ ਸ਼ਰਧਾ ਹੈ, ਉਹਨੂੰ ਹੋਰ ਵੀ ਪੱਕਿਆਂ ਕੀਤਾ। ਮੈਂ ਸਭ ਤੋਂ ਪਹਿਲਾਂ ਮਾਣਕ ਸਾਹਿਬ ਦੇ ਗਾਣੇ ਗਾਉਣੇ ਸ਼ੁਰੂ ਕੀਤੇ ਆ, ਜਦੋਂ ਮੈਂ ਅਜੇ ਸਿੱਖਣਾ ਵੀ ਨਹੀਂ ਸ਼ੁਰੂ ਕੀਤਾ ਸੀ, ਮੈਨੂੰ ਮਾਣਕ ਸਾਹਿਬ ਨੇ ਪ੍ਰਭਾਵਿਤ ਕੀਤਾ ਇੱਕਦਮ। ਅਟਵਾਲ ਸਾਹਿਬ ਨੇ ਕਿਹਾ ਕੋਈ ਫੋਰਮੈਲਿਟੀ ਨਹੀਂ ਹੈਗੀ, ਸਾਡੇ ਦਿਲਾਂ ਦੇ ਵਿੱਚ ਤੁਹਾਡੇ ਲਈ ਸ਼ਰਧਾ ਹੈ। ਅਤੇ ਮੈਥੋਂ ਰਿਹਾ ਨਹੀਂ ਜਾਣਾ, ਮੈਂ ਆਪਣੇ ਪ੍ਰਾਇਮਰੀ ਸਕੂਲ ਮੈਨੂੰ ਯਾਦ ਆ ਗਿਆ ਜੀ। ਮਾਮੇ ਤੋਂ ਮਰਿਆ ਭਾਣ ਜਾ ਰੰਗ ਨੇ ਕਰਤਾਰ ਦੇ, ਮਾਪਿਆਂ ਨੂੰ ਖਬਰ ਜਾ ਹੋਈ
ਭੁੱਬਾਂ ਨੇ ਮਾਰਦੇ ਰੋਵੇ ਤੇ ਆਖੇ ਦਸ਼ਰਥ ਪਾਪ ਬਖਸ਼ਾ ਦੇ ਓਏ ਛੇਤੀ ਕਰ ਸਰਬਣ ਪੁੱਤਰਾ। ਜਦੋਂ ਕਿਤੇ ਪੰਜਾਬੀ ਗਾਇਕੀ ਦਾ ਇਤਿਹਾਸ ਲਿਖਿਆ ਜਾਊਗਾ, ਇਤਿਹਾਸ ਦੇ ਵਿੱਚ ਕੁਲਦੀਪ ਮਾਣਕ ਸਾਹਿਬ ਦਾ ਨਾਂ ਧਰੂ ਤਾਰੇ ਵਾਂਗੂ ਚਮਕਿਆ ਕਰੂਗਾ। ਕੁਲਦੀਪ ਮਾਣਕ ਸਾਹਿਬ ਨੇ ਜਿਹੜੀਆਂ ਪੈੜਾਂ ਪਾਈਆਂ, ਇਹ ਮੇਰੇ ਖਿਆਲ ਕੋਈ ਵੀ ਕਲਾਕਾਰ ਦੇ ਵੱਸ ਤੋਂ ਹੀ ਗੱਲ ਨਹੀਂ ਹੈਗੀ। ਬਹੁਤ ਖੁਸ਼ੀ ਆ ਵੀ ਅੱਜ ਸਾਡੇ ਉਸਤਾਦ ਗਾਇਕ ਕੁਲਦੀਪ ਮਾਣਕ ਸਾਹਿਬ ਦਾ ਇੰਨੇ ਪਿਆਰ ਸਤਿਕਾਰ ਦੇ ਨਾਲ ਇੰਨਾ ਮਾਣ ਕੀਤਾ ਗਿਆ। ਅਸੀਂ ਸਾਰੇ ਕਲਾਕਾਰ ਮਿਊਜ਼ਿਕ ਵੇਵ ਦੇ ਸ਼ੁਕਰਗੁਜ਼ਾਰ ਹਾਂ। ਪਰਮਾਤਮਾ ਤੁਹਾਨੂੰ ਖੁਸ਼ੀਆਂ ਖੇੜੇ ਦੇਵੇ, ਚੜ੍ਹਦੀ ਕਲਾ 'ਚ ਰਹੋ ਅਤੇ ਕਲਾਕਾਰਾਂ ਦੇ ਇੱਦਾਂ ਮਾਣ ਸਤਿਕਾਰ ਬਣਿਆ ਰਹੇ। ਸ਼ੁਕਰੀਆ। ਹੋਇਆ ਕੀ ਦੇਖੀ ਦਮ ਪਈ ਪਰ ਕੁੱਖ ਤਾਂ ਸੁਲੱਖਣੀ ਹੋਈ ਬਿਨਾ ਦਾਤੇ ਰੱਬ ਦੀ ਹੈ ਧੀ ਬਿਨਾ ਦਾਤੇ ਰੱਬ ਦੀ ਭੈੜੀ ਦੁਨੀਆ ਜਦੀ ਐਵੇਂ ਰੋਈ ਹੋਇਆ ਕਿ ਦੇ ਧੀ ਦਮ ਪਈ। ਯਾਦ ਰਹਿ ਜਾਂਦੀ ਏ ਇਨਸਾਨ ਚਲੇ ਜਾਂਦੇ ਨੇ, ਯਾਦ ਰਹਿ ਜਾਂਦੀ ਏ ਇਨਸਾਨ ਚਲੇ ਜਾਂਦੇ ਨੇ, ਜਿਉਂ ਦੁਨੀ ਰਾਤ ਤੇ ਮਹਿਮਾਨ ਚਲੇ ਜਾਂਦੇ ਨੇ। ਇਹ ਤਾਂ ਦੁਨੀਆ ਮੁਸਾਫਰ ਖਾਨਾ ਹੈ, ਹਰ ਕੋਈ ਕਰਕੇ ਤਾਂ ਗੁਜ਼ਰਾਨ ਚਲੇ ਜਾਂਦੇ ਨੇ। ਨਾਲ ਸੱਜਣਾ ਦੇ ਹੀ ਰੌਣਕ ਹੈ ਜ਼ਮਾਨੇ ਦੀ, ਦਿਲਬਰਾਂ ਨਾਲ ਹੀ ਅਰਮਾਨ ਚਲੇ ਜਾਂਦੇ ਨੇ। ਦੋ ਕਦਮ ਅਰਥੀ ਮੇਰੀ ਨਾਲ ਤਾਂ ਚੱਲੋ ਯਾਰੋ, ਦੋ ਕਦਮ ਅਰਥੀ ਮੇਰੀ ਨਾਲ ਤਾਂ ਚੱਲੋ ਯਾਰੋ। ਲੋਕ ਤਾਂ ਦੁਸ਼ਮਣ ਨੂੰ ਵੀ ਦਫਨਾਉਣ ਚਲੇ ਜਾਂਦੇ ਨੇ, ਰਮਤਿਆ ਖਾ ਕੇ ਗਮ ਜ਼ਮਾਨੇ ਦੇ, ਰਮਤਿਆ ਖਾ ਕੇ ਗਮ ਜ਼ਮਾਨੇ ਦੇ, ਵੰਡ ਕੇ ਲੋਕਾਂ ਨੂੰ ਮੁਸਕਾਨ ਚਲੇ ਜਾਂਦੇ। ਕੁਲਦੀਪ ਮਾਣਕ ਨੂੰ ਯਾਦ ਕਰਦਿਆਂ ਵਿਸ਼ੇਸ਼ ਸੈਗਮੈਂਟ ਪੇਸ਼ ਕੀਤਾ ਜਾ ਰਿਹਾ ਹੈ। ਆਓ ਹੁਣ ਉਹਨਾਂ ਨਾਲ ਰਿਚਮੰਡ ਦੀ ਮਿੰਦਰੂ ਪਾਰਕ ਦੇ ਵਿੱਚ ਹਰਜਿੰਦਰ ਸਿੰਘ ਥਿੰਦ ਹੋਣਾ ਨਾਲ ਕੀਤੀ ਹੋਈ ਵਿਸ਼ੇਸ਼ ਅਤੇ ਰੌਚਕ ਗੱਲਬਾਤ, ਕੁਝ ਝਲਕੀਆਂ ਉਸ ਦੇ ਵਿੱਚੋਂ ਸ਼ਾਮਿਲ ਕਰਦੇ ਹਾਂ। ਫਿਰ ਸਰੀ ਦੇ ਯਾਦਗਾਰੀ ਗਦਰੀ ਬਾਬਿਆਂ ਦੇ ਮੇਲੇ ਦੇ ਵਿੱਚੋਂ ਕੁਝ ਗੀਤਾਂ ਦੀਆਂ ਝਲਕੀਆਂ ਵੀ ਪੇਸ਼ ਕਰਾਂਗੇ, ਜਿੱਥੇ ਲਹਿੰਦੇ ਪੰਜਾਬ ਦੇ ਮਹਾਨ ਗਾਇਕ ਸ਼ੌਕਤ ਅਲੀ ਸਾਹਿਬ ਨਾਲ ਉਹਨਾਂ ਪੱਗ ਵਟਾ ਕੇ ਦੋਹਾਂ ਪੰਜਾਬਾਂ ਦੀ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਸੀ। ਹੀਰ ਦੀ ਕਲੀ, ਹਾਂਜੀ ਹਾਂਜੀ, ਤੇ ਛੇਤੀ ਕਰ ਸਰਵਣ ਪੁੱਤਰਾ, ਐਲਪੀ ਰਿਕਾਰਡ ਸੀਗਾ ਜੀ, ਐਲਪੀ ਰਿਕਾਰਡ ਆ, ਉਦੋਂ ਟੇਪਾਂ ਨਹੀਂ ਸੀ ਆਉਂਦੀਆਂ ਜੀ। ਉਹ ਮਾਸਟਰ ਹਰਦੇਵ ਸਿੰਘ ਦਲਗੀਰ ਹੋਰਾਂ ਦਾ ਲਿਖੇ ਹੋਏ ਸੀ, ਤਰੀਕੇ ਵਾਲਿਆਂ ਦਾ, ਹਾਂਜੀ ਹਾਂਜੀ। ਉਹਨਾਂ ਦੇ ਤੁਹਾਡੇ ਆਪਸੀ ਰਿਲੇਸ਼ਨਸ਼ਿਪ ਬਾਰੇ ਸਾਨੂੰ ਦੱਸੋ। ਇਹ ਸਾਡੇ ਰਿਲੇਸ਼ਨ ਐਸੇ ਹੀ ਬਣ ਗਏ ਜੀ, ਬੱਸ ਅੱਡੇ 'ਤੇ ਫਿਰਦੇ ਸੀ ਅਸੀਂ। ਅੱਛਾ। ਇੱਕ ਮੁੰਡਾ ਸੀਗਾ, ਉਹਦਾ ਨਾਂ ਸੀ ਗੁਰਦਿਆਲ ਸਿੰਘ ਪੀਠੀ, ਅਤੇ ਉਹ ਦੇਤਵਾਲ ਦਾ ਸੀਗਾ, ਦੇਵ ਸਾਹਿਬ ਦੀ ਵੀ ਲੱਗੀ ਸੀ, ਬੈਠੇ ਸੀ, ਉਹ ਕਰੀ ਜਾਂਦਾ ਸੀ, ਮੈਨੂੰ ਆਵਾਜ਼ ਚਾਹੀਦੀ ਹੈ, ਮੈਂ ਲਿਖ ਬਹੁਤ ਸਕਦਾ, ਅਤੇ ਮੈਂ ਉਹਨੂੰ ਕਹਿੰਦਾ, ਮੈਂ ਕਿਹਾ ਮੈਨੂੰ ਲਿਖਣ ਵਾਲਾ ਚਾਹੀਦਾ। ਉਹਨਾਂ ਨੇ ਜੀ ਫਿਰ ਲੋਕ ਥਾਵਾਂ ਲਿਖੀਆਂ ਮੇਰੇ ਵਾਸਤੇ, ਫਿਰ ਐਚ ਐਮ ਵਿੱਚ ਗਏ। ਇਹ ਗੱਲਬਾਤ ਹੱਥ 'ਚ ਬੈਠੇ ਹੋਈ? ਹੱਥ 'ਚ ਬੈਠਿਆ ਜੀ। ਕੀ ਖਾਂਦੇ ਪੀਂਦੇ ਹੋ? ਬੜੇ ਗਾਉਣ ਵਾਲਿਆਂ ਨੂੰ ਅਸੀਂ ਮਿਲਦੇ ਹਾਂ, ਇੰਟਰਵਿਊਜ਼ ਕਰਦੇ ਹਾਂ, ਮੈਂ ਅਚਾਰ ਨਹੀਂ ਖਾਂਦਾ, ਮੈਂ ਪਰੌਠਾ ਨਹੀਂ ਖਾਂਦਾ, ਇਹਨੂੰ ਗਰਮ ਕਰਕੇ ਲਿਆਓ, ਇਹਨੂੰ ਠੰਡਾ ਕਰਕੇ ਲਿਆਓ, ਤੁਹਾਡਾ ਕੀ ਰੂਟੀਨ ਹੈ? ਮੇਰਾ ਰੂਟੀਨ ਹੈ ਜਿਹੜੀ ਚੀਜ਼ ਮਿਲ ਜਾਏ ਉਹੀ ਖਾ ਲੈਣੀ ਜੀ। ਅਚਾਰ ਵੀ? ਅਚਾਰ ਵੀ ਖਾਂਦਾ ਜੀ, ਸਾਰੇ ਕਿਸਮ ਦੇ ਅਚਾਰ, ਕੋਈ ਕਿਸਮ ਦਾ ਅਚਾਰ ਹੋਵੇ। ਮੇਰੇ ਚੇਤੇ ਆ ਕਿ ਇੱਕ ਵਾਰੀ ਤੁਸੀਂ ਸਿਆਸਤ ਵਿੱਚ ਦਖਲ ਦਿੱਤਾ, ਮੈਂਬਰ ਪਾਰਲੀਮੈਂਟ ਲਈ ਖੜੇ ਹੋ ਗਏ। ਹਾਂਜੀ ਹਾਂ, ਇੱਕ ਮੈਨੂੰ ਪਤਾ ਲੱਗ ਗਿਆ ਸੀ ਕਿ ਮੈਂ ਹਾਰ ਜਾਣਾ। ਅੱਛਾ। ਮੈਨੂੰ ਪਤਾ ਸੀ, ਕਾਫੀ ਪਾਰਟੀਆਂ ਵੱਲੋਂ ਆਫਰ ਆਈ ਵੀ ਤੂੰ ਬਹਿ ਜਾ, ਪੈਸੇ ਲੈ ਲਾ। ਮੈਂ ਕਿਹਾ ਇੱਕ ਵਾਰੀ ਕਹਿਤਾ, ਹੁਣ ਬਹਿਣ ਵਾਲਾ ਕੰਮ ਤਾਂ ਹੈ ਨਹੀਂ, ਮੈਨੂੰ ਪਤਾ ਮੈਂ ਹਾਰ ਜਾਣਾ, ਪਰ ਲੋਕਾਂ ਨੂੰ ਪਤਾ ਤਾਂ ਲੱਗੇ ਵੀ ਬੰਦਾ ਖੜਾ ਸੀ ਤਾਂ ਖੜਾ ਹੀ ਆ। ਜਦੋਂ ਗਾਉਂਦੇ ਹੋ ਬੜੀਆਂ ਖਤਰਨਾਕ ਪਰਿਸਥਿਤੀਆਂ ਹੁੰਦੀਆਂ, ਸ਼ਰਾਬੀ ਲੋਕ, ਹਾਂਜੀ ਹਾਂਜੀ, ਸਿੰਗਲ ਨਾਲ ਬੰਦੂਕਾਂ ਬਰਛੇ ਭੱਲੇ ਲਈ ਬਿਲਕੁਲ ਬਿਲਕੁਲ, ਪਿਸਤੌਲ ਪਸਤੂਲ ਰੱਖਦੇ ਹੋ ਕੋਲੇ? ਨਹੀਂ, ਮੈਂ ਨਹੀਂ ਰੱਖਦਾ ਜੀ, ਸਾਡੇ ਨਾਲਦਿਆਂ ਕੋਲੇ ਹੁੰਦੇ ਆ। ਖਤਰਾ ਜਾਣ ਨੂੰ? ਉਹੀ ਖਤਰਾ ਨਹੀਂ, ਮੈਨੂੰ ਤਾਂ ਉਦੋਂ ਖਤਰਾ ਨਹੀਂ ਸੀ ਜਦੋਂ ਲੋਕ 5 ਵਜੇ ਬਾਹਰ ਨਹੀਂ ਸੀ ਨਿਕਲ। ਅੱਜ ਕੱਲ੍ਹ ਤੁਸੀਂ ਆਮ ਹੀ ਟੀ ਵੀ 'ਤੇ ਦੇਖਦੇ ਹੋ ਪੰਜਾਬੀ ਗੀਤ, ਉਹਨਾਂ 'ਚ ਰਫਲਾਂ ਗੰਡਾਸੇ ਖੜਕਾਉਂਦੇ ਦਿਖਾਉਂਦੇ ਆ, ਪਰ ਸੰਗੀਤ ਨਾਲ ਇਹਨਾਂ ਦਾ ਸੰਬੰਧ ਨਹੀਂ ਹੈ ਕੋਈ। ਅਤੇ ਅਸੀਂ ਕਰਦੇ ਸੀ ਜਿਹੜੀਆਂ ਤੁਸੀਂ ਹੁਣੇ ਗੱਲ ਕਹੀ ਵੀ ਸੂਰਮਿਆਂ ਦੀਆਂ 12-91 ਫਲਾਨਾ, ਉਹਦੇ 'ਚ ਜਿਹੜੇ ਦਲਿੱਦਰੀ ਬੰਦੇ ਹੁੰਦੇ ਆ ਨਾ, ਉਹ ਵੀ ਉੱਠ ਖੜਦੇ ਵੀ ਅਸੀਂ ਵੀ ਕੋਈ ਬੰਦੇ ਹਾਂ ਯਾਰ, ਕੁਛ ਕਰੀਏ। ਜਿਹੜੀ ਮੌਤ ਆ ਇਹਨੇ ਇੱਕ ਵਾਰੀ ਆਉਣਾ, ਵਾਰ ਵਾਰ ਤਾਂ ਆਉਣਾ ਨਹੀਂ, ਚਾਹੇ ਤਾਂ ਉਹ ਜ਼ਿੰਦਗੀ ਜਿਉਣ ਵਾਸਤੇ ਅਣਖ ਨਾ ਜਿਉਂ ਲਓ,
ਜਾਂ ਫਿਰ ਨੀਵੇਂ ਹੋ ਕੇ ਲੋਕਾਂ ਦੇ ਥੱਲੇ ਲੱਗ ਕੇ ਤੁਰੇ ਫਿਰਦੇ ਰਹੋ ਜ਼ਿੰਦਗੀ 'ਚ, ਉਹ ਤਾਂ ਜ਼ਿੰਦਗੀ ਕੋਈ ਨਹੀਂ ਜੇ ਥੱਲੇ ਲੱਗ ਕੇ ਹੀ ਜਿਉਣਾ। ਵਧੀਆ ਬੰਦੇ ਸੀ ਮਾਨਕ ਸਾਹਿਬ, ਮਾਨਕ ਸਾਹਿਬ ਐਂ ਡਰਨ ਵਾਲੇ ਨਹੀਂ ਸੀ, ਲਿਫਣ ਵਾਲੇ ਹੱਥ ਜੋੜਨ ਵਾਲੇ ਨਹੀਂ ਸੀ। ਨਹੀਂ, ਇਹ ਉਹਦੇ ਸੁਭਾਅ 'ਚ ਹੀ ਨਹੀਂ ਸ਼ਾਮਿਲ ਸੀ। ਹਾਲਾਂਕਿ ਉਹਨੂੰ ਇੱਦਾਂ ਦੇ ਕਈ ਵਾਰੀ ਇਹ ਵੀ ਹੋ ਸਕਦਾ ਵੀ ਇਹਦਾ ਕੋਈ ਹਰਜਾਨਾ ਵੀ ਕਿਤੇ ਭੁਗਤਣਾ ਪਿਆ ਹੋਵੇ, ਪਰ ਉਹਨੇ ਆਪਣੀ ਬਠਿੰਡੇ ਵਾਲੀ ਆਦਤ ਨਹੀਂ ਛੱਡੀ ਸੀ ਕਦੇ ਵੀ। ਅਡਵਾਈ ਕਰਕੇ ਕਦੇ ਬਿਜ਼ਨਸ ਵੀ ਲੂਜ਼ ਕੀਤਾ? ਬਹੁਤ ਜ਼ਿਆਦਾ ਜੀ, ਬਹੁਤ। ਕੋਈ ਆਮ ਇਹ ਇੱਕ ਗੱਲ ਹੈ, ਵਿਆਹ 'ਚ ਜਾਂ ਮਾਮਾ ਰੌਲਾ ਪਾਊ ਜਾਂ ਚਾਚਾ ਰੌਲਾ ਪਾਊ ਅਤੇ ਜਾਂ ਫੁੱਫੜ ਰੌਲਾ ਪਾਊ, ਫੁੱਫੜ ਪਾਉਂਦੇ ਹੈ ਜੀ, ਇਹ ਜ਼ਿਆਦਾ ਹੀ ਪਾਉਂਦੇ। ਜਾਂ ਇੱਕ ਪ੍ਰਾਹੁਣਾ ਜਿਹੜਾ ਨਵਾਂ ਨਵਾਂ ਆਇਆ ਹੋਵੇ, ਪ੍ਰਾਹੁਣਾ ਰੌਲਾ ਨਹੀਂ ਪਾਉਂਦਾ, ਉਹਦੇ ਨਾਲ ਜਿਹੜੇ ਚਮਚੇ ਆਏ ਹੁੰਦੇ ਨਾ ਉਹ ਰੌਲਾ ਪਾਉਂਦੇ ਆ, ਉਹ ਸਾਈਕਲ ਚੱਕ ਕੇ ਭੱਜਦਾ, ਉਹ ਚੱਕਦਾ ਹੈ। ਫਿਰ ਉਹ ਕਈ ਵਾਰੀ ਨਾ ਆ ਕੇ ਉਹ ਹੀ ਰੋਹ ਮਾਰਨਾ, ਤੂੰ ਉੱਠਦਾ ਨਹੀਂ, ਇੱਥੇ ਹੀ ਬੈਠਾ ਹੈ, ਪੈਸੇ ਦਿੱਤੇ ਆ ਤੈਨੂੰ, ਚੱਲ ਸਟੇਜ 'ਤੇ ਚੜ੍ਹ। ਉਹਨੂੰ ਕਹਿਣਾ ਤੂੰ ਚੱਲ, ਮੈਂ ਆਇਆ, ਫਿਰ ਮੈਂ ਸਟੇਜ 'ਤੇ ਨਹੀਂ ਜਾਂਦਾ, ਫਿਰ ਗੱਡੀ 'ਚ ਹੀ ਬਹਿ ਜਾਣਾ, ਚੱਲ ਟਾਟਾ ਕਰਕੇ ਲੋਕਾਂ ਨੂੰ, ਬਸ ਤੁਰ ਗਏ ਜੀ। ਮੈਂ ਕਿਹਾ ਜਾਨ ਫੁੱਫੜ ਤੁਹਾਡਾ ਸੀ, ਮੇਰਾ ਥੋੜ੍ਹਾ ਫੁੱਫੜ ਸੀ ਜਿਹੜਾ ਮੈਨੂੰ ਗਾਲਾਂ ਕੱਢਣ ਲੱਗ ਪਿਆ। ਸੱਚੀ ਗੱਲ ਹੈ, ਇੱਕ ਸਮਾਂ ਇਹੋ ਜਿਹਾ ਆਇਆ ਮਾਨਕ ਸਾਹਿਬ ਕੋਲੇ ਜਦੋਂ ਮਾਸਟਰ ਜੀ ਦੇਵ ਹਰੀਕਿਆਂ ਵਾਲੇ ਜਿਹੜੇ ਸਨ, ਉਹ ਤਰੀਕੇ ਹੀ ਰਹਿੰਦੇ ਸੀ ਉਹਨਾਂ ਦੇ ਲਈ, ਪਰ ਉਹਨਾਂ ਨੂੰ ਗੀਤ ਦੇਣੋਂ ਹਟ ਗਏ, ਸ਼ਿੰਦੇ ਨੂੰ ਦੇਣ ਲੱਗ ਪਏ। ਉਦੋਂ ਉਹਨਾਂ ਨੇ ਤੁਹਾਨੂੰ ਪ੍ਰਾਈਵੇਟਲੀ ਕੀ ਦੱਸਿਆ ਮਾਨਕ ਸਾਹਿਬ ਨੇ? ਉਹਨੂੰ ਲੱਗਾ ਵੀ ਸ਼ਾਇਦ ਦੇਵ ਮੇਰੇ ਨਾਲ ਕੋਈ ਇੱਦਾਂ ਦਾ ਕਰਨ ਲੱਗਾ ਆ, ਵੀ ਉਹਨੂੰ ਉਹਨੂੰ ਪਰ ਇਸ ਅੜੀ 'ਚ ਕੈਸੈਟ ਰਿਕਾਰਡ ਕਰਨੀ ਸੀ। ਅੱਛਾ ਜੀ। ਦੇਵ ਤੋਂ ਬਾਹਰੀ ਕੈਸੈਟ ਸੀ ਜਿਹੜੀ ਬਹੁਤ ਚੱਲੀ, ਤੁਹਾਨੂੰ ਵੀ ਪਤਾ, ਦੋ ਗੱਭਰੂ ਪੰਜਾਬ ਦੇ, 5 ਵਜੇ ਬੰਦ ਹੋ ਗਈਆਂ ਕਚਹਿਰੀਆਂ, ਅਤੇ ਇਹਦੀ ਅਗਵਾਈ ਆ ਵੀ ਇੱਥੇ ਸੈਟਲ 'ਚ ਪ੍ਰੀਤਮ ਬਰਾੜਨ ਦਾ, ਉਹਨੂੰ ਵੀ ਪਤਾ। ਉਹਨੂੰ ਇਹ ਸੀਗਾ ਵੀ ਅੱਜ ਇਹ ਕੈਸਟ ਵੀ ਚਲਾ ਕੇ ਦਿਖਾਉਣੀ ਆ ਕਿਸੇ ਮੁਕਾਬਲੇ, ਸਿਹਤਮੰਦ ਮੁਕਾਬਲੇ 'ਚ, ਅਤੇ ਉਹ ਅਸੀਂ ਰਾਮ ਸਿੰਘ ਢਿੱਲੋਂ ਨੂੰ ਲੈ ਕੇ ਆਏ। ਉਹਨੇ ਮਾਵਾ ਵੀ ਖਾਧਾ ਸੀ, ਛੜਾ ਬੰਦਾ ਸੀਗਾ, ਮਸਤ ਬੰਦਾ, ਰਾਮ ਸਿੰਘ ਢਿੱਲੋਂ ਦੇ ਗੋਲੀ ਮਾਰੋ ਇਹੋ ਜਿਹੇ ਬਣਾਉਟੀ ਯਾਰ ਦੇ ਬਹੁਤ ਅੱਛੇ ਗੀਤ ਮਾਨਕ ਦੇ, ਮਾਨਕ ਨੇ ਗਾਏ ਉਹਨਾਂ ਦੇ। ਹਾਲਾਂਕਿ ਬਿਲਕੁਲ ਇੱਦਾਂ ਦੀ ਕੋਈ ਆਸ ਨਹੀਂ ਸੀ ਜਦੋਂ ਰਿਕਾਰਡਿੰਗ ਕੀਤੀ, ਸਧਾਰਨ ਸਟੂਡੀਓ 'ਚ ਕੀਤੀ ਆ, ਪਰ ਉਹ ਕੈਸਟ ਸੁਪਰ ਡੁਪਰ ਹਿੱਟ ਹੋਈ ਆ, ਜਿਹਦੇ ਵਿੱਚ ਮਾਰਨਾ ਸੀ ਜਾਲਮ ਸਕਾਟਾ, ਐੱਸ ਪੀ ਸਾਂਡਰਸ ਰੋੜਤਾ, 5 ਵਜੇ ਬੰਦ ਹੋ ਗਈਆਂ ਕਚਹਿਰੀਆਂ ਵਾਲੀ ਗੱਲ, ਅਤੇ ਉਹ ਮਤਲਬ ਅੜੀਅਲ ਸੀਗਾ। ਉਹਨੂੰ ਇਹ ਸੀਗਾ ਵੀ ਇੱਕ ਕਰਕੇ ਦਿਖਾਉਣਾ। ਮਾਨਕ ਸਾਹਿਬ ਕੋਈ ਪਛਤਾਵਾ ਜ਼ਿੰਦਗੀ 'ਚ ਵੀ ਆਹ ਨਾ ਯਾਰ ਕਰ ਲਿਆ, ਐਂ ਕਰਨਾ ਸੀ? ਨਹੀਂ ਕੀਤਾ ਮੈਂ ਸਭ ਕੁਛ ਪਛਤਾਵਾ, ਮੈਨੂੰ ਕੋਈ ਪਛਤਾਵਾ ਨਹੀਂ, ਸਿਰਫ ਇੱਕੋ ਹੀ ਪਛਤਾਵਾ, ਮੇਰਾ ਸਰੀਰ ਛੋਟਾ ਰਹਿ ਗਿਆ। ਮੈਂ ਮਾਨਸ ਦੀ ਉਦਾਹਰਣ ਨਹੀਂ, ਪੰਜਾਬੀ ਗਾਇਕੀ ਦਿੱਤੀ ਜਾਂਦੀ ਆ ਵੀ ਉਹਨੇ ਕਦੇ ਵੀ ਹਰਮੋਨੀਅਮ ਵਾਲੇ ਨੂੰ ਨਹੀਂ ਕਿਹਾ ਸੀ ਕਿਹੜੀ ਸੁਰ ਰੱਖਣੀ ਆ, ਉਹ ਕਹਿੰਦਾ ਜਿਹੜੀ ਰੱਖਣੀ, ਜਿਹੜਾ ਤੇਰੇ ਦਿਲ ਕਰਦਾ, ਜਿੱਥੇ ਤੂੰ ਖੁਸ਼ ਹੋ ਸਕਦਾ ਉਹੀ ਰੱਖ ਲਾ। ਔਰ ਇਹ ਬਹੁਤ ਘੱਟ ਘਟਨਾ ਵੀ ਸੰਗੀਤ 'ਚ ਇੱਦਾਂ ਕਦੀ ਹੋਇਆ ਹੋਵੇ। ਤੁਸੀਂ ਪਿਛਲੀ ਵਾਰੀ ਬਾਬਿਆਂ ਦੇ ਮੇਲੇ 'ਤੇ ਗਦਰੀਆਂ ਦੇ ਆਏ ਸੀ। ਹਾਂਜੀ ਹਾਂਜੀ। ਤੁਸੀਂ ਇੱਕ ਚਾਦਰ ਦੇ ਕੁਛ ਬੋਲ ਸੁਣਾਏ? ਹਾਂਜੀ, ਚਾਦਰ ਜੀ, ਚਾਦਰ ਜੇ ਉਹ ਬੋਲ ਤਰਨਮ 'ਚ ਸੁਣਾ ਦਿਓ ਤਾਂ ਬੱਲੇ ਬੱਲੇ ਹੋ ਜਾਏ। ਉਸ ਜੀ ਬੂਰ ਪਿਆ ਕਣਕਾਂ ਨੂੰ ਮਾਏ, ਵਿੱਚ ਬਾਗੀ ਅੰਬੀਆਂ ਪੱਕੀਆਂ, ਅੱਗ ਦੇ ਫਾਂਬੜ ਵਰਗੀਆਂ ਥੀਆਂ, ਨੀ ਤੂੰ ਸਾਂਭ ਬੁੱਕ ਵਿੱਚ ਰੱਖੀਆਂ, ਗਿਣਵੇਂ ਦਿਨਾਂ ਦੀਆਂ ਸਾਂਝਾਂ ਵੇ ਬਾਬਲ, ਅਸਾਂ ਸਿਦਕਾਂ ਨਾਲ ਨਿਭਾਈਆਂ, ਕੂੰਜਾਂ ਵਾਂਗ ਪਰਾਉਣੀਆਂ ਥੀਆਂ, ਤੇਰੇ ਵਿਹੜੇ ਦੋ ਦਿਨ ਆਈਆਂ, ਮੈਂ ਚਾਦਰ ਕਰਦੀ ਨੀ ਗਿਣ ਤੋਪੇ ਪਾਵਾਂ, ਜਾਮਣ ਦੀ ਛਾਂ ਹੇਠਾਂ ਨੀ ਮੈਂ ਪੀੜਾ ਡਾਵਾਂ, ਮੇਰਾ ਥਰਮੀ ਬਾਬਲ ਨੀ ਦੇਸਾਂ ਦਾ ਰਾਜਾ, ਉਹਦੀ ਚਿੱਟੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ, ਉਹਦੀ ਚਿੱਟੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ। ਮਤਲਬ ਕਿਸੇ ਧੀ ਵੱਲੋਂ ਵਲਵਲ ਹੈ। ਕਿਆ ਬਾਤ ਹੈ ਜੀ। ਮਾਨਕ ਦੀ ਗੱਲ ਕਰਦਿਆਂ ਕਰਦਿਆਂ ਵੀ ਇੱਕ ਬੰਬੇ 'ਚ ਇੱਕ ਵਾਰੀ ਰਿਕਾਰਡਿੰਗ ਹੋ ਰਹੀ ਸੀ, ਅਤੇ ਉਹ ਜਦੋਂ ਸਟੂਡੀਓ 'ਚ ਉਹ ਗਾ ਰਿਹਾ ਸੀਗਾ, ਅਤੇ ਉਹਨੂੰ ਉਹ ਕਹਿੰਦਾ ਵੀ ਜਿਹੜਾ ਇੰਜੀਨੀਅਰ ਸੀਗਾ ਉਹ ਕਹਿੰਦਾ ਵੀ ਸੂਈਆਂ ਸਾਰੀਆਂ ਤਾਹਾਂ ਜਾਈ ਜਾਂਦੀਆਂ। ਉਹਨੂੰ ਮਾਈਕ ਤੋਂ ਪਿੱਛੇ ਕੱਟ ਦਿੱਤਾ, ਹੋਰ ਪਿੱਛੇ 2 ਫੁੱਟ ਪਿੱਛੇ ਕਰਤਾ। ਉਹ ਕਹਿੰਦਾ ਸੀ ਹਲੇ ਵੀ ਨਹੀਂ ਗੱਲ ਚੱਲ ਰਹੀ, ਸੂਈ ਥੱਲੇ ਡਿੱਗਦੀ ਹੀ ਨਹੀਂ ਜਦੋਂ ਬੋਲਦਾ। ਅਤੇ ਉਹ ਦੂਆ ਜਿਹੜਾ ਮਿਊਜ਼ਿਕ ਡਾਇਰੈਕਟਰ ਸੀਗਾ ਕਹਿੰਦਾ ਤੂੰ ਮਾਈਕ ਦੀ ਬਿਲਕੁਲ ਹੀ ਆਵਾਜ਼ ਬੰਦ ਕਰ ਲਾ। ਕਹਿੰਦਾ ਜੀ ਉਹ ਤਾਂ ਕਦ ਹੀ ਕੀਤੀ ਹੋਆ, ਇੱਡੀ ਵੱਡੀ ਪਿੱਚ ਵਾਲੀ ਆਵਾਜ਼ ਜਿਹੜੀ ਆ ਉਹ ਕੁਲਦੀਪ ਮਾਨਕ ਦੀ ਹੀ ਹੋ ਸਕਦੀ ਹੈ। ਔਰ ਮਾਨਕ ਬਹੁਤ ਸੁਰੀਲਾ ਸੀ। ਚੱਕ ਚੁਕਾ ਕੇ ਤੁਸੀਂ ਇਲੈਕਸ਼ਨ ਲੜਾਈ ਉਹਨੂੰ? ਨਹੀਂ, ਮੈਂ ਚੱਕ ਚੁਕਾ ਕੇ ਉਹਨੂੰ ਇਲੈਕਸ਼ਨ ਲੜਾਈ ਬਲਵੰਤ ਸਿੰਘ ਰਾਮ ਕੋਲ। ਉਹ ਵਕਤ ਬੜਾ ਹੀ ਟੁਰ ਗਿਆ ਜਦੋਂ ਪੱਗ ਵਟਾਈ ਹੋ ਜਾਂਦੀ ਸੀ, ਯਾਰਾਂ ਦੀਆਂ ਸ਼ਰਮਾਂ ਰੱਖਣ ਲਈ ਜਿੰਦ ਜਾਨ
ਪਵੇ ਤਾਂ ਇਹ ਸਾਥੀ ਬਹਿ ਜਾਂਦੇ ਵਾਂਗ ਛੱਕਦੇ ਨੇ ਵੱਡੇ ਤੋਂ ਵੱਡੇ ਇਕੱਠ 'ਚ ਕਦੋਂ ਗਾਇਆ ਵੱਡੇ ਤੋਂ ਵੱਡੇ ਤਾਂ ਇਕੱਠ ਮੇਰਾ ਸਭ ਤੋਂ ਵੱਡਾ ਇਕੱਠ ਹੈਗਾ ਪਿੰਡ ਦਾ ਪਿੰਡ ਜਲਾਲ ਉੱਥੇ ਮੇਰਾ ਸਨਮਾਨ ਹੋਇਆ ਸੀ ਜਦੋਂ ਹੈਲੀਕਾਪਟਰ 'ਚ ਉਤਰੇ ਤੁਸੀਂ ਜਦੋਂ ਹੈਲੀਕਾਪਟਰ 'ਚ ਸਟੇਜ 'ਤੇ ਆਏ ਸੀ 12-13 ਲੱਖ ਦਾ ਇਕੱਠ ਸੀ ਉਸ ਤੋਂ ਬਾਅਦ ਜਿੰਨੇ ਵੀ ਮੁਲਕਾਂ 'ਚ ਗਏ ਹਾਂ ਸਭ ਤੋਂ ਵੱਧ ਇਕੱਠ ਗਦਰੀ ਬਾਬਿਆਂ ਦੇ ਮੇਲੇ 'ਚ ਹੁੰਦਾ ਪਰੋਵੇਗਾ ਦੀਵਾ ਬੜੂ ਲਾਹੌਰ ਤੇ ਚਾਨਣ